ਹੌਫ ਹੈ। ਔਰ ਉਸ ਦੇ ਨਾਲ ਦੁਨੀਆ ਸਾਰੀ ਡਰੀ ਹੋਈ ਹੈ। ਬਦਕਿਸਮਤੀਆ ਕਿ ਹਿੰਦੁਸਤਾਨ 'ਚ ਵੀ ਇਹਨੇ ਪੈਰ ਪਸਾਰੇ ਨੇ। 2-2 4-4 ਕੇਸ ਪੋਜ਼ਿਟਿਵ ਸਾਰੀ ਸਟੇਟਾਂ 'ਚ ਆਏ ਨੇ। ਇਹਨੂੰ ਮੁਦੇ ਨਜ਼ਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਵੱਡਾ ਤੇ ਕਰੜਾ ਫੈਸਲਾ ਲਿਆ ਕਰਫੂ ਦਾ। ਤਾਕੇ ਲੋਕ ਆਪਣੇ ਘਰਾਂ ਚ ਰਹਿਣ ਇੱਕ ਦੂਜੇ ਦੇ ਹੱਥ ਲਾ ਕੇ ਅਤਨਾਉਣ ਵਾਲੀ ਬਿਮਾਰੀ ਆ ਅੱਗੇ ਕਿਸੇ ਨਾ ਕਿਤੇ ਵੱਧ ਗਈ ਤਾਂ ਫਿਰ ਸੰਭਾਲਣਾ ਮੁਸ਼ਕਲ ਹੋਏਗਾ ਇਹ ਲੋਕਾਂ ਦੀ ਹੈ ਪਹਿਲਾਂ ਜਾਨ ਫਿਰ ਜਹਾਨ ਹੈ ਆਪਣੇ ਬੱਚਿਆਂ ਦੀ ਆਪਣੀ ਜਾਨ ਬਚਾਈਏ ਦੇਸ਼ ਤਾਂ ਬਚ ਸਕਦਾ ਹੈ ਔਰ ਅੱਜ ਮੈਂ ਪਾਸੋ ਤੇ ਨਾ ਵੀ ਵਿਖੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ ਔਰ ਕਿਹਾ ਕਿ ਇਕ ਤਾਂ ਲੋਕ ਕਿਤੇ ਇਕੱਠੇ ਨਾ ਹੋਣ ਆਪਣੇ ਘਰਾਂ ਚ ਰਹਿਣ ਦੇਖਰ ਇਹ ਵੀ ਹੈ ਲੋਕ ਇਕੱਠੇ ਵੀ ਨਾ ਹੋਣ ਤੇ ਲੋਕ ਭੁੱਖੇ ਵੀ ਨਾ ਮਰਨ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਸਾਰੇ ਇੰਤਜ਼ਾਮ ਕੀਤੇ ਨੇ ਕਿ ਦੁੱਧ ਵਾਲਾ ਜਿਹੜਾ ਘਰ-ਘਰ ਜਾ ਕੇ ਵੇਚੇ ਲਾਈਨ ਲਗਾ ਕੇ ਇੱਕ ਜਗ੍ਹਾ ਨਾ ਖੜ ਕੇ ਵੇਚੇ ਜਿਹਨੂੰ 1 ਲੀਟਰ ਦੀ ਲੋੜਾ ਘਰੇ ਜਾ ਕੇ ਕੁੰਡਾ ਖੜਕਾਏ ਉਹਨੂੰ ਜਿੰਨਾ ਲੋੜਾ ਦੁੱਧ ਆਪਣਾ ਲੈ ਲੇ ਸਬਜ਼ੀ ਆਣਾ ਉਹਦੇ ਪਾਸ ਬਣੇ ਹੋਣਗੇ ਸਬਜ਼ੀ ਵਾਲਾ ਇੱਕ ਘਰ ਕੋਲ ਜਾਏਗਾ ਤੇ ਘਰੇ ਜਾ ਕੇ ਸਬਜ਼ੀ ਦੇ ਕੇ ਆਏਗਾ ਦਵਾਈ ਦਾ ਵੀ ਇਦਾਂ ਹੀ ਆ ਔਰ ਸਾਰਾ ਖਾਣ ਪੀਣ ਦਾ ਕਰਿਆਨੇ ਦਾ ਸਮਾਨ ਹੈ ਕਿੰਨਾ ਕਿਸੇ ਨੂੰ ਚਾਹੀਦਾ ਅਸੀਂ ਪਛਾਣ ਪੱਤਰ ਦਿੱਤੇ ਨੇ ਸਤੇ ਤਾਂ ਕਿ ਕਿਸੇ ਨੂੰ ਕਿਸੇ ਦੀ ਦਿੱਕਤ ਨਾ ਹੋਵੇ ਪਾਣੀ ਇਹ ਹਰਾ ਚਾਰਾ ਹੈ ਇਹ ਸਾਰੀ ਇਹ ਚੀਜ਼ਾਂ ਸੀ ਬੰਦ ਨਹੀਂ ਹੋਣ ਦੇਣੀਆਂ ਪਰ ਕੱਠ ਵੀ ਨਹੀਂ ਹੋਣ ਦੇਣੀਆਂ